ਪਾਪਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੀਰ ਹਰਮੀਤ ਸਿੰਘ ਜੀ ਅੱਜ ਸਾਡੇ ਕੋਲ ਪਹੁੰਚੇ ਨੇ, ਜੋ ਸਾਡੇ ਪਰਿਵਾਰਾਂ ਨਾਲ ਘਟਨਾਵਾਂ ਵਾਪਰੀਆਂ ਨੇ। ਔਰ ਅੱਜ ਜਦੋਂ ਪਤਾ ਚੱਲਿਆ ਕਿ ਸਮੁੱਚੇ ਪਰਿਵਾਰ, ਜਿੱਥੇ ਤੁਹਾਡੀ ਧਰਮਸ ਪਤਨੀ, ਤੁਹਾਡੀ ਇੱਕ ਬੇਟੀ ਔਰ ਨੌਜਵਾਨ ਸਾਡੇ ਅਜ਼ੀਜ਼ ਕਮਲਜੀਤ ਸਿੰਘ ਜੀ, ਜਿਨ੍ਹਾਂ ਦੀ ਯਾਦ ਵਿੱਚ ਅੱਜ ਤੁਸੀਂ ਬਾਹਰ ਸ਼ਿਵਿਰ ਲਗਾ ਕੇ ਉਹਨਾਂ ਨੂੰ ਯਾਦ ਕਰ ਰਹੇ ਸੋ, ਤਾਂ ਅਸੀਂ ਤੁਹਾਡੇ ਪਾਸ ਪਹੁੰਚੇ ਹਾਂ। ਜੋ ਇਹ ਘਟਨਾਵਾਂ ਵਾਪਰੀਆਂ ਨੇ, ਜੋ ਸਾਰਿਆਂ ਲਈ ਦੁਖਦਾਈ ਨੇ, ਪਰ ਜਿਸ ਪਰਿਵਾਰ ਨਾਲ ਵਾਪਰਦੀ ਹੈ, ਉਸ ਪਰਿਵਾਰ ਨੂੰ, ਉਸ ਬਾਪ ਨੂੰ, ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੀ ਧਰਮਸ ਪਤਨੀ ਨੂੰ, ਉਹਨਾਂ ਦੀਆਂ ਭੈਣਾਂ ਨੂੰ ਇਹ ਦੁੱਖ ਜੋ ਆਪ ਸਾਰੇ ਸਮਝ ਰਹੇ ਨੇ, ਉਸ ਦਰਦ ਨੂੰ ਸਾਰੇ ਅਸੀਂ ਸਮਝਦੇ ਹਾਂ। ਤਾਂ ਆਪ ਜੀ ਥੋੜ੍ਹਾ ਜਿਹਾ ਇਸ ਬਾਰੇ ਜਾਣਕਾਰੀ ਦੇਵੋਗੇ ਕਿ ਜੋ ਘਟਨਾ ਵਾਪਰੀ ਹੈ, ਇਸ ਘਟਨਾ ਦਾ ਆਪ ਜੀ ਨੂੰ ਕਦੋਂ ਪਤਾ ਚੱਲਿਆ? ਕਿਉਂਕਿ ਇਤਨਾ ਜ਼ਰੂਰ ਸਾਨੂੰ ਪਤਾ ਹੈ ਕਿ ਜਦੋਂ ਇਹ ਘਟਨਾ ਵਾਪਰੀ ਸੀ, ਆਪ ਜੀ ਖੁਦ ਉਸ ਵਕਤ ਕੋਵਿਡ ਦੇ ਹਾਲਾਤਾਂ ਵਿੱਚ ਹਸਪਤਾਲ ਦਾਖਲ ਸੋ, ਔਰ ਆਪ ਜੀ ਦੇ ਹਸਪਤਾਲ ਹੁੰਦਿਆਂ ਹੀ ਇਹ ਐਸੀਆਂ ਘਟਨਾਵਾਂ ਵਾਪਰੀਆਂ ਨੇ। ਤਾਂ ਪਹਿਲਾਂ ਮੈਂ ਆਪ ਜੀ ਤੋਂ ਇਹ ਜ਼ਰੂਰ ਪੁੱਛਾਂਗਾ, ਥੋੜ੍ਹਾ ਜਿਹਾ ਆਪ ਜੀ ਜੋ ਘਟਨਾਵਾਂ ਵਾਪਰੀਆਂ ਨੇ ਇਹਦੇ ਬਾਰੇ ਜਾਣਕਾਰੀ ਦੇਵੋਗੇ? ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਦੀਦਾਰ ਸਿੰਘ ਜੀ, ਜੋ ਸਾਡੇ ਸਵਰਗੀ ਸਰਦਾਰ ਕਮਲਜੀਤ ਸਿੰਘ ਜੀ ਦੇ ਪਿਤਾ ਜੀ ਨੇ, ਉਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ। ਤਾਂ ਆਪ ਜੀ ਦੇ ਬਾਰੇ ਥੋੜ੍ਹੀ ਜਾਣਕਾਰੀ ਆਪ ਜੀ ਦੇਵੋ ਜੀ। ਜਦੋਂ ਚੈੱਕ ਕੀਤਾ ਤਾਂ ਉਹ ਕਹਿਣ ਲੱਗੇ ਨੇ ਜੀ, ਬੜਾ ਵੱਡਾ ਕਰੋਨਾ ਜੀ, ਕੁੜੀ ਨੂੰ ਇੰਨਾ ਵੱਡਾ ਕਰੋਨਾ ਹੋ ਗਿਆ ਕਿ ਬਾਈ ਕੁੜੀ ਮਤਲਬ ਬਰਦਾਸ਼ਤ ਤੋਂ ਬਾਹਰ ਆਏ। ਪਤਾ ਨਹੀਂ ਮਦਰਾਸੀ ਕਰੋਨਾ ਜਾਂ ਕੋਈ ਕਿੱਧਰ ਦਾ ਕਰੋਨਾ, ਚਾਹੇ ਬੜਾ ਹਾਲ ਇਹ ਹੈ ਕਿ ਕੁੜੀ ਫਸ ਗਈ। ਫਸਣ ਤੋਂ ਬਾਅਦ ਬੱਚੇ ਉੱਥੇ ਰਹੇ, ਪਰ ਡਾਕਟਰਾਂ ਦੀ ਇਹ ਲਾਪਰਵਾਹੀ, ਕੰਪਾਊਂਡਰਾਂ ਦੀ ਇਹ ਲਾਪਰਵਾਹੀ ਕਿ ਜਦੋਂ ਜਦੋਂ ਬੱਚੀ ਦਾ ਕਰੋਨਾ ਉਹਨਾਂ ਨੇ ਸ਼ੋ ਕਰ ਦਿੱਤਾ, ਫਿਰ ਵੀ ਸਾਡੇ ਬੱਚਿਆਂ ਨੇ ਬਾਡੀ ਨੂੰ ਚੁੱਕ ਕੇ ਜਾ ਕੇ ਉਹਨਾਂ ਨੇ ਉੱਥੇ ਮੁਰਦਾਖਾਨਾ ਵੀ ਛੱਡੀ। ਸਾਡੇ ਬੱਚਿਆਂ ਨੇ, ਤਿੰਨਾਂ ਚੋਂ ਬੱਚਿਆਂ ਨੇ ਬਾਡੀ ਨੂੰ, ਮਾਂ ਨੂੰ ਚੁੱਕਿਆ, ਭੈਣ ਨੂੰ ਚੁੱਕਿਆ, ਜਾ ਕੇ ਉੱਥੇ ਛੋੜਿਆ। ਕਿਸੇ ਡਾਕਟਰ ਨੇ ਹੱਥ ਨਹੀਂ ਪਾਇਆ, ਉਰੇ ਉਹਨਾਂ ਛੋੜ ਕੇ ਇੱਥੇ ਆ ਗਏ। ਆਉਣ ਤੋਂ ਬਾਅਦ ਮੁੜ ਕੇ ਫਿਰ ਦੂਜੇ ਦਿਨ ਨੂੰ ਚੈੱਕ ਕੀਤਾ, ਚੈੱਕ ਕਰਨ ਤੋਂ ਬਾਅਦ ਦੋ ਬੱਚੇ ਸਾਡਾ ਮਾਵਾਂ ਭਾਣਜਾ ਦੋਏ ਸਨ, ਉਹ ਕਰੋਨਾ ਪਾਜ਼ੀਟਿਵ ਆ ਗਏ। ਪਾਜ਼ੀਟਿਵ ਆਉਣ ਤੋਂ ਬਾਅਦ ਮੁੜ ਕੇ ਘਰ ਆਏ, ਦੂਆ ਦਿਨ ਬੱਚੀ ਦਾ ਸੰਸਕਾਰ ਹੋਇਆ। ਸੰਸਕਾਰ ਉਹਨਾਂ ਨੇ ਆਪਣੇ ਮਰਜ਼ੀ ਨਾਲ ਕੀਤਾ, ਸਾਡਾ ਕੋਈ ਮਤਲਬ ਉੱਥੇ ਦਖਲ ਅੰਦਾਜ਼ੀ ਨਹੀਂ ਸੀ, ਅਸੀਂ ਸ਼ਹਿਰ 'ਤੇ ਬੈਠੇ ਰਹੇ। ਪਰ ਮੈਂ ਵੀ ਫਿਰ ਮੁੜ ਕੇ ਜਦੋਂ ਮੈਂ ਘਰ ਸੀ, ਮੈਨੂੰ ਨਹੀਂ ਦੱਸਿਆ ਕਿ ਬਾਈ ਬੱਚੀ ਦਾ ਸੰਸਕਾਰ ਹੈ। ਮੈਨੂੰ ਜਵਾਈ ਨੇ ਮੈਨੂੰ ਕਿਹਾ ਕਿ ਜੀ ਪਾਪਾ ਜੀ ਤੁਸੀਂ ਚੱਲਦੇ ਨਹੀਂ, ਮੈਂ ਕਿੱਧਰ? ਇਹੋ ਜਿਹੇ ਇਸਦਾ ਬਿਆਤੇ ਦਾ ਸੰਸਕਾਰ ਹੈ, ਉਹਨੂੰ ਬਿਆਤ ਲਾ ਨਾ, ਉਹਨੂੰ ਨਾਂ ਸੀ ਉਹਦਾ ਦਵਿੰਦਰ ਕੌਰ, ਅਸੀਂ ਪਿਆਰ ਨਾਲ ਉਹਨੂੰ ਬਿਆਤੇ ਕਹਿੰਦਾ ਸਾਂ। ਉਹਨੇ ਕਿਹਾ ਜੀ ਉਹਦਾ ਸੰਸਕਾਰ ਹੈ। ਮੈਂ ਵੀ ਕਮਲਜੀਤ ਮੈਨੂੰ ਦੱਸਿਆ ਕਿਉਂ ਨਹੀਂ ਉਹਦਾ ਸੰਸਕਾਰ ਹੈ, ਮੈਂ ਵੀ ਜਾਂਦਾ ਉੱਥੇ। ਜਦੋਂ ਮੈਂ ਗਿਆ, ਮੈਂ ਜਾ ਕੇ ਦੇਖਿਆ ਕਮਲਜੀਤ ਸਾਹਿਬ ਦੇ ਪੌੜੀਆਂ 'ਤੇ ਬੈਠਾ ਵਾ। ਜਦੋਂ ਮੈਂ ਉਹਦੇ ਕੋਲ ਬੈਠਾ ਜਾ ਕੇ, ਮੈਨੂੰ ਕਿਹਾ ਡੈਡੀ ਇੱਥੇ ਨਾ ਬੈਠੋ, ਮੇਰੇ ਕੋਲ ਪਰੇ ਬੈਠੋ, ਪਰੇ ਬੈਠੋ, ਪਰੇ ਜਾਓ। ਮੈਂ ਪਰੇ ਜਾ ਕੇ ਬੈਠਾ, ਇੰਨਾ ਡਰਿਆ ਸੀ ਹੋ ਕੇ ਬਈ ਮੈਂ ਕਿ ਪਤਾ ਕਿਉਂ ਹੁੰਦਾ ਕਿ ਨਹੀਂ ਹੁੰਦਾ। ਬਹਿਰਾਲ ਬੱਚੀ ਦਾ ਸੰਸਕਾਰ ਹੋਇਆ। ਸੰਸਕਾਰ ਹੋਣ ਤੋਂ ਬਾਅਦ ਦੂਏ ਦਿਨ ਜਦੋਂ ਉਹਦੀ ਰਿਪੋਰਟ ਆਉਣੀ ਸੀ, ਬੱਚਾ ਜਿਹੜਾ ਸਾਡਾ ਦੋਤਰਾ ਮੁੰਡਾ ਰਮਨਦੀਪ ਸਿੰਘ, ਉਹਨੇ ਮੈਨੂੰ ਫੋਨ ਕੀਤਾ, ਮਾਂ ਨਾਨਾ ਪਾਪਾ ਜੀ ਸਾਡੀ ਰਿਪੋਰਟ ਆਉਣ ਵਾਲੀ ਹੈ, ਪਤਾ ਨਹੀਂ ਕਿ ਰਾਤੀ ਰਿਪੋਰਟ ਆਉਣੀ ਹੈ ਕਿ ਨਹੀਂ ਆਉਣੀ। ਮੈਂ ਕਿਹਾ ਯਾਰ ਤੁਸੀਂ ਕਿਉਂ ਡਰਦੇ ਹੋ, ਤੁਸੀਂ ਚੰਗੇ ਭਲੇ ਹੋ, ਨਾ ਤੁਹਾਨੂੰ ਬਿਮਾਰ ਬੁਖਾਰ ਨਹੀਂ, ਕੋਈ ਤਾਪ ਨਹੀਂ, ਉਸਰਾ ਨਹੀਂ, ਕੋਈ ਖਾਂਸੀ ਨਹੀਂ, ਕੁਛ ਨਹੀਂ, ਤੁਸੀਂ ਠੀਕ ਠਾਕ ਹੋ, ਤਾਂ ਯਾਰ 14-15 ਦਿਨ ਨਿਕਲ ਕੇ ਆ ਸਕਦੇ, ਜਾਓ ਤੁਸੀਂ, ਜਾਓ ਕੋਈ ਲਾਪਰਵਾਹ ਹੋ ਕੇ ਜਾਓ, 14-15 ਦਿਨ ਕੱਢ ਕੇ ਆ ਜਾਓ, ਤੁਸੀਂ ਜਵਾਨ ਹੋ, ਠੀਕ ਹੋ। ਬਸ ਫਿਰ ਵੀ ਜਿੱਦਾਂ ਆਇਆ ਉੱਧਰੋਂ ਰਿਪੋਰਟ ਆ ਗਈ, ਪਾਜ਼ੀਟਿਵ ਹੋ ਗਏ ਦੋਵੇਂ ਬੱਚੇ ਪਾਜ਼ੀਟਿਵ ਹੋ ਗਏ, ਦੋਵੇਂ ਵਾਸਤੇ ਗੱਡੀ ਆ ਗਈ। ਜਦੋਂ ਗੱਡੀ ਆਈ ਤਾਂ ਗੱਡੀ 'ਤੇ ਬਹਿ ਕੇ ਇਸ ਨੇ ਸਾਰਿਆਂ ਨੂੰ ਇਸ ਤਰ੍ਹਾਂ ਕਰਕੇ ਅਲਵਿਦਾ ਕੀਤਾ, ਟਾਟਾ ਕੀਤਾ ਕਿ ਮੈਂ ਜਾ ਰਿਹਾ, ਮੁੜ ਕੇ ਵਾਪਸ ਨਹੀਂ ਆਉਣਾ। ਨਿਕਲ ਗਿਆ ਬੱਚਾ, ਜਦੋਂ ਚਲਾ ਗਿਆ ਰਾਤੀ ਉਹ ਟੀ ਬੀ ਹਸਪਤਾਲ ਚੈੱਕ ਕੀਤਾ ਗਿਆ। ਜਦੋਂ ਉਹਨਾਂ ਦਾ ਐਕਸਰਾ ਕੀਤਾ, ECG ਕੀਤੀ, ਐਕਸਰਾ ਠੀਕ, ECG ਬਿਲਕੁਲ ਠੀਕ ਸੀ। ਤਕਰੀਬਨ 11 ਵਜੇ ਦੇ ਲਗਭਗ ਦੇਖਦਾ, ਮਤਲਬ ਮੁੰਡਾ ਭਾਣਜਾ ਦੇਖਦਾ ਕਿ ਮਾਵਾਂ ਬੈਠਾ ਤਾ ਮੰਜੇ ਉੱਪਰ, ਪਗੜੀ ਪੁੜੀ ਬਣ ਕੇ, ਕੱਪੜੇ ਕੁਪੜੇ ਲਾ ਕੇ ਤਿਆਰ। ਮੈਂ ਪੁੱਛਿਆ, ਮਾਵਾਂ ਜੀ ਕੀ ਗੱਲ, ਤੁਸੀਂ ਕਿੱਥੇ ਤਿਆਰ ਹੋ ਗਏ ਹੋ, ਕਿੱਥੇ ਬੈਠੇ ਜੋ? ਹੈ ਯਾਰ ਮੈਨੂੰ ਖਾਂਸੀ ਲੱਗ ਗਈ ਹੈ ਥੋੜ੍ਹੀ, ਯਾਰ ਮੈਨੂੰ ਖਾਂਸੀ ਹੈ, ਤੁਸੀਂ ਡਾਕਟਰ ਨੂੰ ਫੋਨ ਕਰੋ, ਮੈਨੂੰ ਕੋਈ ਦਵਾਈ ਦੇਣ ਖਾਂਸੀ ਕਰਕੇ।
ਅਤੇ ਉਹ ਮਾਵਾਂ ਜੀ ਕੋਈ ਖਾਂਸੀ ਦਵਾਈ ਡਾਕਟਰ ਦਿੰਦੇ ਨਹੀਂ, ਡਾਕਟਰ ਆਉਂਦੇ ਨਹੀਂ ਹਨ ਇੱਥੇ। ਇਹ ਜਿਹੜੀ ਵਾਰਡ ਹੈ, ਇਸ ਵਾਰਡ ਵੀ ਨਾ ਕੋਈ ਡਾਕਟਰ ਆਵੇ ਨਾ ਕੋਈ ਕੰਪਾਊਂਡਰ ਆਵੇ, ਮਾਂ ਸੋਏ ਪੰਗੀ ਜਿਹੜਾ ਪਰ ਝਾੜੂ ਮਾਰਨ ਵਾਲਾ ਉਹ ਆਉਂਦਾ, ਬਾਕੀ ਕੋਈ ਦਵਾਈ ਆਣ ਕੇ ਟੇਬਲ 'ਤੇ ਛੋੜ ਦਿੰਦੇ ਨੇ। ਉੱਥੋਂ ਹੀ ਜਿਹੜੇ ਮਤਲਬ ਇੱਥੇ ਦੇ ਪੇਸ਼ੈਂਟ ਨੇ ਜਿਹੜੇ ਉਹ ਚੁੱਕ ਕੇ ਆ ਕੇ ਬਣਦੇ ਨੇ ਦਵਾਈਆਂ, ਕੋਈ ਡਾਕਟਰ ਨਹੀਂ ਆਉਂਦਾ। ਪਰ ਉਹ ਮੁੜ ਕੇ ਤਕਰੀਬਨ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਸਨੇ ਮਜਬੂਰ ਕੀਤਾ, ਉਹਨੇ ਡਾਕਟਰ ਨੂੰ ਫੋਨ ਕੀਤਾ, ਡਾਕਟਰ ਨੂੰ ਫੋਨ ਕੀਤਾ, ਡਾਕਟਰ ਆ ਗਿਆ। ਡਾਕਟਰ ਨੇ ਥੱਲੋਂ ਕਿਹਾ ਕਿ ਤੁਸੀਂ ਮਤਲਬ ਥੱਲੇ ਆ ਜਾਓ। ਉਹ ਥੱਲੇ ਗਏ ਅਤੇ ਜਿਹੜਾ ਸੀ ਭਾਂਜਾ ਉਹਦਾ, ਉਹਨੂੰ ਕਹਿਣ ਲੱਗਾ ਤੁਸੀਂ ਗਾਂਧੀ ਨਗਰ ਚਲੇ ਗਏ, ਅਤੇ ਇਹਨੂੰ ਕਹਿਣ ਲੱਗੇ ਜੀ ਤੁਸੀਂ ਬਖਸ਼ੀ ਨਗਰ ਚਲੇ ਆਓ। ਇਹ ਰਾਤੀ ਇਹਨੂੰ ਬਖਸ਼ੀ ਨਗਰ ਸ਼ੁਰੂ ਕਰ ਦਿੱਤਾ, ਉਹਨੂੰ ਗਾਂਧੀ ਨਗਰ ਸ਼ੁਰੂ ਕਰ ਦਿੱਤਾ। ਦੋ ਖੇਰੂ ਖੇਰੂ ਹੋ ਗਏ, ਇਕੱਲੇ ਹੋ ਗਏ, ਬੱਚਾ ਘਬਰਾ ਗਿਆ। ਉੱਥੇ ਜਾ ਕੇ ਇਹਨਾਂ ਜਿੱਦਾਂ ਰੱਖਿਆ, ਉੱਥੇ ਰੱਖਣ ਤੋਂ ਬਾਅਦ ਇੱਕ ਦਿਨ ਉੱਥੇ ਰਿਹਾ, ਦੂਏ ਦਿਨ ਉੱਥੇ ਰਿਹਾ। ਦੂਏ ਦਿਨ ਬੱਚੇ ਨੂੰ ਖਾਂਸੀ ਦੀ ਜਿਹੜੀ ਪ੍ਰੋਬਲਮ ਸੀ ਉਹ ਤਕਰੀਬਨ ਵਧੀ ਵਧੀ ਕੇ, ਪਰਮਾਤਮਾ ਜਾਣੇ ਉਹਨਾਂ ਨੇ ਕਿ ਟ੍ਰੀਟਮੈਂਟ ਕੀਤੀ ਕਿ ਨਹੀਂ ਕੀਤੀ। ਅੱਛਾ ਭਲਾ ਮੁੰਡਾ, ਉਹਨੂੰ ਕੋਈ ਤਕਲੀਫ ਨਹੀਂ, ਕੋਈ ਖਾਂਸੀ ਨਹੀਂ। ਉਹ ਖਾਂਸੀ ਬਹੁਤ ਜ਼ਿਆਦਾ ਹੋ ਗਈ, ਖਾਂਸੀ ਹੋਣ ਤੋਂ ਬਾਅਦ ਉਸਨੇ ਕਿਸੇ ਡਾਕਟਰ ਨੇ ਸਿਫਾਰਿਸ਼ ਕੀਤੀ ਕਿਸੇ ਨੇ, ਡਾਕਟਰ ਕਿਹਾ, ਡਾਕਟਰ ਕਹਿਣ ਲੱਗਾ ਬੱਚੇ ਕੀ ਗੱਲ ਆ, ਠੀਕ ਹੈ ਤੂੰ ਅੱਜ? ਠੀਕ ਹਾਂ। ਰਾਤੀ ਕਿਸ ਤਰ੍ਹਾਂ ਰਿਹਾ? ਰਾਤੀ ਮੈਂ ਠੀਕ ਰਿਹਾ ਜੀ, ਕੋਈ ਖਾਂਸੀ ਨਹੀਂ ਹੋਈ। ਸਵੇਰੇ ਕਿਸ ਤਰ੍ਹਾਂ ਰਿਹਾ? ਸਵੇਰੇ ਵੀ ਮੈਂ ਠੀਕ ਹਾਂ ਜੀ ਸਵੇਰੇ। ਇਹ ਕੋਈ ਗੱਲ ਨਹੀਂ, ਤੂੰ ਬਸ ਠੀਕ ਹੈ, ਇੱਕ ਦੋ ਦਿਨ ਤੂੰ ਇੱਥੇ ਹੋਰ ਰਹਾ, ਉਸ ਤੋਂ ਬਾਅਦ ਤੈਨੂੰ ਅਸੀਂ ਗਾਂਧੀ ਨਗਰ ਭੇਜ ਦਿਆਂਗੇ। ਇਹ ਡਾਕਟਰ ਸਾਹਿਬ ਮੈਨੂੰ ਨੀਂਦਰ ਹੀ ਆ ਰਹੀ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦੇ 'ਤੇ ਉਹਦੇ ਮੋਬਾਈਲ ਦੇ ਉੱਤੇ ਕੈਚ ਹਨ, ਅਤੇ ਉਹ ਡਾਕਟਰ ਉਹਦੇ ਨਾਲ ਗੱਲਾਂ ਕੀਤੀਆਂ। ਉਹ ਕਹਿਣ ਲੱਗਾ, ਡਾਕਟਰ ਕਹਿਣ ਲੱਗਾ, ਕੋਈ ਗੱਲ ਨਹੀਂ ਬੱਚੇ, ਮੈਂ ਤੈਨੂੰ ਦੋ ਗੋਲੀਆਂ ਭੇਜਦਾ, ਇੱਕ ਗੋਲੀ ਅੱਜ ਖਾਣੀ ਹੈ ਅਤੇ ਇੱਕ ਗੋਲੀ ਕੱਲ੍ਹ ਖਾਣੀ ਹੈ, ਪਰਸੋਂ ਤੈਨੂੰ ਅਸੀਂ ਸ਼ਿਫਟ ਕਰ ਦਿਆਂਗੇ ਉੱਥੇ। ਬਾਅਦ ਜਿਸਲੇ ਡਾਕਟਰ ਨੇ ਮਤਲਬ ਡਾਕਟਰ ਗਿਆ, ਡਾਕਟਰ ਦੇ ਘਰ ਨਹੀਂ ਪੁੱਜਿਆ, ਪਿਛਲੇ ਪਾਸੇ ਮਤਲਬ ਫੋਨ ਚਲਾ ਗਿਆ ਡਾਕਟਰ ਨੂੰ, ਡਾਕਟਰ ਸਾਹਿਬ ਜਿਸ ਮਰੀਜ਼ ਨੂੰ ਤੁਸੀਂ ਦੇ ਕੇ ਸੋ ਕੇਬਲ ਭੇਜੀ ਸੀ ਨਿੰਦਰ ਵਾਸਤੇ, ਉਹਦੀ ਡੈਥ ਹੋ ਗਈ। ਰੋਲਾ ਪੈ ਗਿਆ। ਜਿਸ ਦਿਨ ਉਹਦੀ ਡੈਥ ਹੁੰਦੀ ਹੈ ਉਸ ਦਿਨ ਸਾਡਾ ਇੱਥੇ ਕਰੋਨਾ ਦੇ ਟੀਮ ਆ ਗਏ ਗੁਰਦੁਆਰਾ ਸਾਹਿਬ, ਇੱਥੇ ਅਸੀਂ ਚੈੱਕ ਹੋ ਗਏ ਸਾਰਾ ਪਰਿਵਾਰ ਸਾਡਾ। ਇਹ ਮਕਾਨ ਪਰਲਾ ਮਕਾਨ, ਇਹ ਤਾਂ ਚਲੋ ਪੁੰਛ ਗਏ ਸਨ, ਪਰਲਾ ਕੋਈ ਪੁੰਛ ਨਹੀਂ ਸੀ ਜ਼ਿਆਦਾ। ਫਿਰ ਵੀ ਸਾਰੇ ਤਕਰੀਬਨ 18-19-20 ਬੰਦੇ ਅਸੀਂ ਜਿਹੜੇ ਸਾਂ ਉਹ ਅਸੀਂ ਸਾਰੇ ਪਾਜ਼ੀਟਿਵ ਆ ਗਏ। ਔਰ ਇਹ ਵੀ ਇੱਕ ਸਾਜਿਸ਼ ਦੇ ਤਹਿਤ ਸਾਨੂੰ ਸਾਰਿਆਂ ਨੂੰ ਪਾਜ਼ੀਟਿਵ ਬਣਾਇਆ ਗਿਆ, ਨਾ ਕਿ ਜਿਹੜੇ ਸਾਡੀਆਂ ਧੀਆਂ ਸਨ ਜਿਹੜੀਆਂ ਫਾਰਮ 'ਤੇ ਵਿਆਹ ਸੀ, ਲੋਅਰ ਗਾਡੀਗੜ੍ਹ ਵਿਆਹ ਸੀ, ਉਹਨਾਂ ਦੇ ਬੱਚੇ ਉਹ ਸਾਰੇ ਐਸੇ ਕਿਸੇ ਸਾਜਿਸ਼ ਨਾਲ ਮਤਲਬ ਉਹਨਾਂ ਨੇ ਸਾਨੂੰ ਮਤਲਬ ਭੇਜ ਦਿੱਤਾ ਇੱਥੇ। ਜਿਸ ਅਸੀਂ ਇੱਥੋਂ ਗਿਆ ਤਕਰੀਬਨ ਅਸੀਂ 2:30 ਵਜੇ ਉੱਥੇ ਪੁੱਜਦੇ ਹਾਂ ਗੇਟ ਉੱਪਰ, ਸ਼ਾਲਾਮਾਰ ਬਖਸ਼ੀ ਨਗਰ ਦੇ ਮਤਲਬ ਹਸਪਤਾਲ ਦੇ ਗੇਟ ਦੇ ਬਾਹਰ ਪੁੱਜੇ ਹਾਂ। ਉਸਦੇ ਬੱਚਾ ਸਾੜਾ ਨਹੀਂ ਸੀ। ਬੱਚਾ ਤਕਰੀਬਨ 1:30 ਵਜੇ ਦੇ ਨਾਲ ਬੱਚੇ ਨੂੰ ਅਟੈਕ ਹੋਇਆ, ਜਦੋਂ ਕਿਸੇ ਬੰਦੇ ਦਾ ਫੋਨ ਚਲਾ ਗਿਆ ਪਾਸ ਚੱਠੇ ਤੋਂ, ਮੁੰਡਾ ਸਾਡਾ ਆਪਣਾ ਸੀ, ਮੁੰਡਾ ਫੋਨ ਗਿਆ, ਉਹਨੇ ਫੋਨ 'ਤੇ ਬੜੀ ਬਾਜ਼ਿਆਤ ਪੁੱਛਿਆ ਜੀ, ਐਸੇ ਬਾਜ਼ਿਆਤ ਢੰਗ ਨਾਲ ਕਿ ਬਰਦਾਸ਼ਤ ਨਹੀਂ ਕਰ ਸਕਿਆ ਮੁੰਡਾ। ਮੁੰਡਾ ਉਸਨੇ ਮਤਲਬ ਉੱਥੇ ਵੱਟ ਪੈ ਗਿਆ, ਪੈਰ ਵੀ ਦੌੜਿਆ ਬਾਥਰੂਮ ਜਾ ਕੇ ਡਿੱਗ ਪਿਆ। ਡਿੱਗਣ ਤੋਂ ਬਾਅਦ ਮੁੰਡੇ ਦੀ ਉੱਥੇ ਡੈਥ ਹੋ ਗਈ। ਜਦੋਂ ਡੈਥ ਹੋ ਗਈ ਮੁੰਡੇ ਦੀ ਤਾਂ ਤਕਰੀਬਨ 1:30 ਵਜੇ ਨਾਲ ਹੋਈ, ਅਸੀਂ 2:30 ਵਜੇ ਨਾਲ ਅਸੀਂ ਗਿਆ, ਅਸੀਂ ਗੇਟ 'ਤੇ ਰੁਕੇ ਦਿਆਂ, ਉੱਥੇ ਸ਼ੰਟੀ ਚੱਠੇ ਫਾਰਮ ਸਰਪੰਚ ਸਾਹਿਬ ਜਿਹੜੇ ਹਨ ਉਹ ਉੱਥੇ ਖੜ੍ਹੇ ਸਨ, ਉਹ ਲੈ ਗਏ ਸੀ ਘਰੋਂ ਕਾਹਵਾ ਬੱਚੇ ਵਾਸਤੇ, ਉਹਨਾਂ ਗੇਟ 'ਤੇ ਦਿੱਤਾ ਕਾਹਵਾ, ਉੱਥੇ ਖੜ੍ਹਾ ਸੀ। ਮੈਨੂੰ ਕਹਿਣ ਲੱਗਾ, ਬਾਬਾ ਜੀ ਕਮਲਜੀਤ ਵੀਰ ਵੀ ਇੱਥੇ ਅੰਦਰ ਵਾੜ 'ਚ ਹੈ। ਮੈਂ ਸ਼ੁਕਰ ਕੀਤਾ, ਚਲੋ ਵਾੜ 'ਚ ਹੈ, ਉੱਥੇ ਦਰਸ਼ਨ ਕਰਾਂਗੇ, ਮਿਲਾਂਗੇ ਆਪਸੀ ਦੋ ਇਕੱਠੇ ਹੋਵਾਂਗੇ। ਕਰਦਿਆਂ 4:00 ਵਜੇ 4:30 ਵਜੇ ਸਾਨੂੰ ਉਹਨੇ ਕਿਹਾ ਤੁਸੀਂ ਮੁੜ ਕੇ ਟੀ ਵੀ ਹਸਪਤਾਲ ਚਲੇ ਜਾਓ। ਬਸ ਮੁੜ ਕੇ ਅਸੀਂ ਉੱਥੇ ਟੀ ਵੀ ਹਸਪਤਾਲ ਚਲੇ ਗਏ, ਸਾਨੂੰ ਕੋਈ ਕਮਲਜੀਤ ਨਹੀਂ ਮਿਲਿਆ, ਕੋਈ ਕਮਲਜੀਤ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ। ਰਾਤੀ ਉਸੇਰੇ ਦੂਆ ਦਿਨ ਉਸਦੀ ਮੰਮੀ ਨੂੰ ਸ਼ੁਕਰ ਲੋ ਹੋ ਗਈ, ਯਕਦਮ ਜਿਸ ਤਰ੍ਹਾਂ ਕਿ ਮਤਲਬ ਕਿਸੇ ਨੂੰ ਬਿਜਲੀ ਪੈਂਦੀ ਹੈ। ਮੈਂ ਉਹਨੂੰ ਬਾਥਰੂਮ ਕਰਾਇਆ, ਬਾਥਰੂਮ ਕਰਾਉਣ ਤੋਂ ਬਾਅਦ ਉਹਨੂੰ ਮੂੰਹ ਧੋਆਇਆ, ਪੇਸ਼ ਕਰਵਾਈ, ਪੇਸ਼ ਕਰਾਉਣ ਤੋਂ ਬਾਅਦ ਮੂੰਹ ਧੋ ਕੇ ਤੌਲੀਏ ਨਾਲ ਉਹਨਾਂ ਸਾਫ਼ ਕੀਤਾ। ਸਾਫ਼ ਕਰਨ ਤੋਂ ਬਾਅਦ ਮੁੜ ਕੇ ਮੈਨੂੰ ਲੰਮਾ ਪਾ ਕੇ ਮੈਂ ਪਾਰ ਸਾਫ਼ ਕਰਨ 'ਤੇ ਗਿਆ। ਬਸ ਪਾਰ ਸਾਫ਼ ਕਰਕੇ ਮੁੜ ਕੇ ਵਾਪਸ ਆਇਆ, ਉਸਨੂੰ ਸ਼ੁਕਰ ਅਟੈਕ ਕਰ ਗਈ, ਲੋਅ ਹੋ ਗਈ ਸ਼ੁਕਰ, ਪਸੀਨਾ ਹੋ ਗਈ, ਬਸ ਦਮ ਤੋੜ ਗਈ। ਉਹਦੀ ਮੇਰੇ ਸਾਹਮਣੇ ਡੈਥ ਹੋ ਗਈ, ਬਿਲਕੁਲ ਤਕਰੀਬਨ 5-7 ਮਿੰਟਾਂ ਅੰਦਰ ਹੀ ਜਦੋਂ ਉਹਦੀ ਡੈਥ ਹੋ ਗਈ। ਮੇਰੇ ਨਾਲ ਮੇਰੀ ਆਪਣੀ ਸਾਲੀ ਸੀ ਨਾਲ ਦੇ ਕਮਰੇ 'ਚ ਨਾਲ ਬੈੱਡ ਵਿੱਚ। ਮੈਂ ਜਾ ਕੇ ਉਹਨੂੰ ਕਿਹਾ, ਬਈ ਗੱਲ ਇਹ ਹੈ ਕਿ ਉਹਦੀ ਤਾਂ ਡੈਥ ਹੋ ਗਈ ਹੈ ਅਤੇ ਮੇਰੀ ਵੀ ਹਾਲਤ ਬੜੀ ਖਰਾਬ ਹੋ ਗਈ ਹੈ, ਮੈਂ ਵੀ ਠੀਕ ਨਹੀਂ ਹਾਂ, ਮੇਰੇ ਕਾਲੀ ਘਬਰਾਹਟ ਹੈ, ਮੇਰੀ ਲੱਤਾਂ 'ਚੋਂ ਸਾਹ ਨਿਕਲ ਗਿਆ। ਤਕਰੀਬਨ 11:30 ਵਜੇ ਉਸਨੂੰ ਲੈ ਕੇ ਚਲਾ ਗਏ।
ਦੇ ਦੂਜੇ ਦਿਨ ਸਵੇਰੇ ਮੇਰੀ ਬਹੁਤ ਬੁਰੀ ਹਾਲਤ ਖਰਾਬ ਹੋ ਗਈ। ਫਿਰ ਮੁੜ ਕੇ ਮੈਂ ਪਰਲੇ ਪਾਸੇ ਦੂਈ ਵਾੜੀ ਗਿਆ। ਦੂਈ ਵਾੜੀ ਜਾ ਕੇ ਦੋ ਸਰਦਾਰ ਮੁੰਡੇ ਸਨ ਗੋਲ ਗੁਜਰਾਲ ਦੇ, ਮੈਂ ਉਹਨਾਂ ਜਾ ਕੇ ਕਿਹਾ ਭਾਈ ਇਸ ਤਰ੍ਹਾਂ ਮੇਰੀ ਮਿਸਿਜ ਦੀ ਡੈਥ ਹੋ ਗਈ ਹੈ, ਮੇਰੀ ਹਾਲਤ ਖਰਾਬ ਹੋ ਗਈ ਹੈ, ਤੁਸੀਂ ਮਿਹਰਬਾਨੀ ਕਰੋ ਅਤੇ ਡਾਕਟਰ ਨੂੰ ਫੋਨ ਕਰੋ ਅਤੇ ਮੈਨੂੰ ਬਖਸ਼ੀ ਰਖਸ਼ੀ ਕਰ ਦੇਣ, ਕਿਉਂਕਿ ਇੱਥੇ ਇੰਤਜ਼ਾਮ ਕੋਈ ਨਹੀਂ, ਇੱਥੇ ਨਾ ਕੋਈ ਟੇਬਲ ਦਵਾਈ ਹੈ, ਨਾ ਇੱਥੇ ਕੋਈ ਆਕਸੀਜਨ ਹੈ, ਨਾ ਕੁਛ ਹੈ, ਅਤੇ ਮੇਰੇ ਵੀ ਹਾਲਤ ਬੜੀ ਖਰਾਬ ਹੋ ਗਈ ਹੈ। ਡਾਕਟਰ ਨੇ ਫਿਰ ਮੁੜ ਕੇ ਉੱਥੇ ਆਕਸੀਜਨ ਭੇਜੀ, ਅੱਧਾ ਘੰਟਾ ਆਕਸੀਜਨ ਲਾਏ, ਅੱਧਾ ਘੰਟਾ ਆਕਸੀਜਨ ਤੋਂ ਬਾਅਦ ਆਕਸੀਜਨ ਖਤਮ ਹੋ ਗਈ, ਮੇਰੀ ਸਰਦਾਰੀ ਸ਼ੁਰੂ ਹੋ ਗਈ। ਜਦੋਂ ਸਰਦਾਰੀ ਸ਼ੁਰੂ ਹੋ ਗਈ, ਮੈਂ ਨਾਲ ਇੱਕ ਮੁਸਲਮਾਨ ਸੀ ਅਫੀਸਰ ਵਿਚਾਰਾ, ਉਹ ਵੀ ਉੱਥੇ ਦਾਖਲ ਸੀ, ਮੈਂ ਉਹਨੂੰ ਕਿਹਾ ਵੀਰ ਜੀ ਮਤਲਬ ਦੇਖੋ ਮੇਰਾ ਆਕਸੀਜਨ ਚਲਦੀ ਜਾਂ ਨਹੀਂ ਚਲਦੀ, ਉਹਨੇ ਕਿਹਾ ਤੁਹਾਡੀ ਆਕਸੀਜਨ ਖਤਮ ਹੋ ਗਈ ਹੈ। ਮੈਂ ਕਿਹਾ ਜੀ ਆਕਸੀਜਨ ਖਤਮ ਹੋ ਗਈ, ਫਿਰ ਮੈਂ ਜੋ ਉਤਾਰੋ ਇਹਨੂੰ ਉਤਾਰੀ, ਫਿਰ ਮੁੜ ਕੇ ਮੈਂ ਦੁਬਾਰਾ ਫਿਰ ਚਲੇ ਗਿਆ ਪਰਲੀ ਵਾੜੀ 'ਚ। ਫਿਰ ਜਾ ਕੇ ਪਰਲੀ ਵਾੜੀ ਇੱਕ ਸਹਿਜਧਾਰੀ ਮੁੰਡਾ ਸੀ, ਬੜਾ ਅੱਛਾ ਸਿੱਖ ਦੇ ਅੱਛੇ ਖਾਨਦਾਨ ਦਾ ਬੰਦਾ ਸੀ, ਉਹਨੇ ਸਾਨੂੰ ਜਾਣ ਦੇ ਵਿੱਚ ਸਾਨੂੰ ਫਰੂਟ ਦਿੱਤਾ, ਖਾਂਸੀ ਦੀਆਂ ਦਵਾਈਆਂ ਦਿੱਤੀਆਂ, ਉਹਨੇ ਸਾਨੂੰ ਟੇਬਲ ਲਿਆ ਕੇ ਦਿੱਤੀ, ਔਰ ਜਗ੍ਹਾ ਜਗ੍ਹਾ ਸਾਨੂੰ ਮਤਲਬ ਹਰ ਮਦਦ ਕਰਦਾ ਸੀ, ਕਾਵਾ ਬਣਾ ਕੇ ਦੇ ਵਿਚਾਰਾ, ਕਦੇ ਕੁਝ ਕਰੇ ਕਦੇ ਕਰੇ। ਮੈਂ ਜਾ ਕੇ ਉਹਨੂੰ ਕਿਹਾ ਵੀਰ ਜੀ ਮੇਰੀ ਹਾਲਤ ਬੜੀ ਖਰਾਬ ਹੋ ਗਈ, ਤੁਸੀਂ ਡਾਕਟਰ ਨੂੰ ਫੋਨ ਕਰੋ, ਮੈਂ ਠੀਕ ਨਹੀਂ ਹਾਂ, ਮੇਰੇ ਲੱਤਾਂ 'ਚ ਸਾਹ ਨਿਕਲ ਗਿਆ, ਮੇਰੇ ਦਿਲ ਘਬਰਾਉਂਦਾ ਪਿਆ, ਤੁਸੀਂ ਮਿਹਰਬਾਨੀ ਕਰਕੇ ਡਾਕਟਰ ਫੋਨ। ਉਹਨੇ ਡਾਕਟਰ ਨੂੰ ਫੋਨ ਕੀਤਾ, ਡਾਕਟਰ ਨੇ ਕਿਹਾ ਤੁਸੀਂ ਲਿਆਓ ਥੱਲੇ, ਬਸ ਮੈਂ ਥੱਲੇ ਲੈ ਕੇ ਗਿਆ, ਥੱਲੇ ਲੈ ਕੇ ਮੈਨੂੰ ਫਿਰ ਮੁੜ ਕੇ ਉਹਨੇ ਬਖਸ਼ੀ ਨਾਲ ਫੀਡ ਕਰ ਦਿੱਤਾ, ਮੈਂ ਬਖਸ਼ੀ ਨਾਲ ਰਿਹਾ ਉੱਥੇ, ਮੈਂ ਵੀ ਬੱਚੇ ਨੂੰ ਦੇਖਦਾ ਰਿਹਾ, ਮੈਂ ਜੋ ਬਾੜੀ ਮੈਂ ਫਿਰਾਂ ਉਰੇ ਪਰੇ ਜਾ ਕੇ ਦੇਖਾਂ ਕਿਸੇ ਬਾੜੀ ਬੱਚਾ ਕਿਤੇ ਪਤਾ ਹੋਵੇ, ਬੱਚਾ ਹੋਣਾ ਕਿਤੇ ਸੀ ਉਹ ਆਏ ਨਹੀਂ ਸੀ, ਸਾਨੂੰ ਪਤਾ ਹੀ ਕੋਈ ਨਹੀਂ ਬੱਚੇ ਦਾ ਕਿ ਭਾਈ ਕਿਹੜੇ ਵੇਲੇ ਉਹਦੀ ਡੈਥ ਹੋ ਗਈ ਕਿਹੜੇ ਨਹੀਂ, ਬਸ ਉੱਥੇ ਰਿਹਾ ਮੈਂ 10-12 ਦਿਨ, ਉਸ ਤੋਂ ਬਾਅਦ ਮੁੜ ਕੇ ਮੈਨੂੰ ਫਿਰ। ਮੈਂ ਇਹਨਾਂ ਬਾਰੇ ਆਪ ਸਰੋਤਿਆਂ ਨੂੰ ਜਾਣਕਾਰੀ ਦੇ ਦੇਵਾਂ, ਇਹ ਉਹ ਪਰਿਵਾਰ ਹੈ ਖਾਸ ਕਰਕੇ ਸਰਦਾਰ ਦੀਦਾਰ ਸਿੰਘ ਜੀ, ਸਾਡੀ ਪੂਰੀ ਬਰਾਦਰੀ ਭਾਈਚਾਰੇ ਭਾਵੇਂ ਭੋਰ ਕੈਂਪ ਹੋਵੇ, ਭਾਵੇਂ ਚੱਠਾ ਗਾਡੀਗੜ ਕਿਤੇ ਵੀ ਕੋਈ ਸੰਸਕਾਰ ਹੁੰਦਾ ਸੀ, ਸਾਡੀ ਸਾਰਿਆਂ ਦੀ ਬਰਾਦਰੀ ਭਾਈਚਾਰੇ ਦੀ ਨਿਗਾਹ ਸਰਦਾਰ ਦੀਦਾਰ ਸਿੰਘ ਹੋਰਾਂ 'ਤੇ ਹੁੰਦੀ ਸੀ ਕਿ ਕਦੋਂ ਆਉਣਗੇ ਤਾਂ ਸਾਡੀ ਚਿਤਾ ਇਹਨਾਂ 'ਚ ਇੰਨੀ ਹੈ, ਔਰ ਇਤਨੇ ਤਨ ਦਹੀ ਦੇ ਨਾਲ ਇਹ ਬਰਾਦਰੀ ਭਾਈਚਾਰੇ ਵਿੱਚ ਪਹੁੰਚ ਕੇ ਹਰ ਦੁੱਖ ਸੁੱਖ ਗਰੀਬ ਅਮੀਰ ਦੇ ਪਰਿਵਾਰਾਂ ਦੇ ਨਾਲ ਸਾਂਝ ਪਾਉਂਦੇ ਰਹੇ ਸਨ, ਪਰ ਬਦਕਿਸਮਤੀ ਇਹਨਾਂ ਦੇ ਆਪਣੇ ਪਰਿਵਾਰ ਦੀਆਂ 3 ਮੌਤਾਂ ਹੋਈਆਂ, 3 ਮੌਤਾਂ ਨੂੰ ਆਪ ਆਪਣੀਆਂ ਅੱਖਾਂ ਦੇ ਸਾਹਮਣੇ ਨਾ ਸੰਸਕਾਰ ਕਰਦਿਆਂ ਦੇਖਿਆ, ਨਾ ਉਹਨਾਂ ਨੂੰ ਅੱਗ ਲਗਾ ਸਕੇ, ਨਾ ਲੱਕੜ ਲਗਾ ਸਕਦੇ ਹਨ, ਤਾਂ ਮੈਂ ਕਹਾਂਗਾ ਇਤਨਾ ਉਹ ਮੰਦਭਾਗੀ ਦ੍ਰਿਸ਼ ਸੀ, ਔਰ ਖਾਸ ਕਰਕੇ ਜਿਹੜੇ ਇਹਨਾਂ ਦੇ ਸਾਰੇ ਪਰਿਵਾਰ ਦੇ ਜੀ, ਉਹਨਾਂ ਦੀ ਧਰਮਸਪਤਨੀ, ਇਹਨਾਂ ਦੀ ਬੇਟੀ, ਔਰ ਸਾਡੇ ਨੌਜਵਾਨ ਅਜੀਜ਼ ਕਮਲਜੀਤ ਸਿੰਘ ਜੀ, ਤਕਰੀਬਨ 43 ਸਾਲ ਦੀ ਉਮਰ ਵਿੱਚ ਉਹਨਾਂ ਦੇ ਪਿੱਛੇ ਇੱਕ ਧਰਮਸਪਤਨੀ, 2 ਬੇਟੇ ਛੋਟੇ ਛੋਟੇ ਰਹਿ ਗਏ ਨੇ, ਸਾਰਾ ਹੀ ਪਰਿਵਾਰ, ਉਹਨਾਂ ਦੀਆਂ ਭੈਣਾਂ, ਉਹਨਾਂ ਦੇ ਜੀਜੇ, ਸਾਰਾ ਹੀ ਪਰਿਵਾਰ ਜੋ ਇਸ ਵੇਲੇ ਆਪਣੇ ਆਪ ਵਿੱਚ ਦੁੱਖ ਮਹਿਸੂਸ ਕਰ ਰਿਹਾ ਹੈ। ਮੈਂ ਕਹਾਂਗਾ ਉਹ ਵੀ ਇੱਕ ਬੜਾ ਧਾਰਮਿਕ ਸੋਚ ਵਾਲਾ, ਚੜ੍ਹਦੀ ਕਲਾ ਵਾਲਾ, ਔਰ ਜਦੋਂ ਵੀ ਉਹ ਮਿਲਣਾ ਹਸਮੁੱਖ ਢੰਗ ਦੇ ਨਾਲ ਉਹ ਸਮਾਜ ਦੇ ਵਿੱਚ ਆਪਣੇ ਪਿਤਾ ਜੀ ਦੇ ਵਾਂਗ ਉਹ ਵੀ ਪੂਰਾ ਬਰਾਦਰੀ ਭਾਈਚਾਰੇ ਦੁੱਖ ਸੁੱਖ ਵਿੱਚ ਆਪਣਾ ਸਾਂਝ ਪਾਉਂਦਾ ਸੀ, ਪਰ ਮੈਂ ਕਹਾਂਗਾ ਇਹ ਬਦਨਸੀਬ ਸਾਡਾ ਉਹ 2020 ਇਹੋ ਦਿਨ ਸਨ ਜਿਹੜਾ ਆਪ ਜੀ ਦੇਖ ਰਹੇ ਹੋ, 24 ਜੁਲਾਈ ਨੂੰ ਵੀਰ ਕਮਲਜੀਤ ਸਿੰਘ ਦੀ ਡੈਥ ਹੋ ਰਹੀ ਹੈ, ਔਰ ਤਕਰੀਬਨ 7-8 ਦਿਨਾਂ ਵਿੱਚ ਇਸ ਪਰਿਵਾਰ ਦੇ 3 ਜੀ ਚਲੇ ਗਏ ਨੇ, ਔਰ 3 ਜੀਆਂ 'ਚ ਪਰਿਵਾਰ ਦਾ ਕੋਈ ਵੀ ਮੈਂਬਰ ਜਾ ਕੇ ਉਹਨਾਂ ਨੂੰ ਅਗਨੀ ਭੇਟ ਨਹੀਂ ਕਰ ਸਕਿਆ। ਬਦਕਿਸਮਤ ਸਾਡਾ ਬਰਾਦਰੀ ਭਾਈਚਾਰਾ, ਔਰ ਉਸ ਵੇਲੇ ਇਤਨੀ ਸਾਡੀ ਬਰਾਦਰੀ ਭਾਈਚਾਰੇ ਖਾਸ ਕਰਕੇ ਗੌਰਮੈਂਟ ਵੱਲੋਂ SOP ਜਾਰੀ ਸੀ, ਔਰ ਸਾਡਾ ਏਰੀਆ ਤਕਰੀਬਨ 25 ਦਿਨ ਬਿਲਕੁਲ ਸੀਲ ਰਿਹਾ, ਇੱਕ ਦੂਜੇ ਦੇ ਘਰ ਨਹੀਂ ਸੀ ਜਾ ਸਕਦੇ, ਤਾਂ ਮੈਂ ਕਹਾਂਗਾ ਇਹ ਪਰਮਾਤਮਾ ਅੱਗੇ ਅਰਦਾਸ ਕਰੀਏ ਕੋਈ ਐਸਾ ਸਮਾਂ ਇਹ ਫਿਰ ਨਾ ਆਵੇ ਕਿ ਇਹੋ ਜਿਹੇ ਪਰਿਵਾਰਾਂ ਨਾਲ ਇਹੋ ਘਟਨਾ ਵਾਪਰਨ, ਕਿਉਂਕਿ ਇਸ ਵੇਲੇ ਅਸੀਂ ਮਹਿਸੂਸ ਕਰਦੇ ਹਾਂ ਜਿਹੜੇ ਦੀਦਾਰ ਸਿੰਘ ਜੀ ਹਰ ਥਾਂ 'ਤੇ ਸਭ ਤੋਂ ਮੋਹਰੇ ਹੋ ਕੇ ਸੰਸਕਾਰ ਵਿੱਚ ਪਹੁੰਚਦੇ ਸਨ, ਅੱਜ ਉਹਨਾਂ ਦੀ ਘਾਟ ਹਮੇਸ਼ਾ ਅਸੀਂ ਯਾਦ ਰੱਖਦੇ ਹਾਂ, ਔਰ ਉੱਥੇ ਹਮੇਸ਼ਾ ਚਰਚਾ ਵੀ ਚੱਲਦੀ ਹੈ ਕਿ ਕਾਸ਼ ਸਰਦਾਰ ਦੀਦਾਰ ਸਿੰਘ ਦੀ ਹੁੰਦੇ ਤਾਂ ਹੁਣ ਤੱਕ ਚਿਤਾ ਰਚੀ ਦੀ ਹੋਣੀ ਸੀ। ਕਿਸਮਤ ਬਾਪ ਜਿਨ੍ਹਾਂ ਦੇ ਪਾਸ ਬੈਠ ਕੇ ਆਪਣੇ ਉਹਨਾਂ ਦੇ ਪਰਿਵਾਰ ਦੀ ਅਸੀਂ ਜਿਹੜਾ ਦੁੱਖ ਹੈ ਉਸ 'ਚ ਸਾਂਝ ਪਾ ਰਹੇ ਹਾਂ, ਔਰ ਮੈਂ ਕਹਾਂਗਾ ਇਹ ਮਾਲਕ ਦਾ ਭਾਣਾ ਹੈ, ਪਰ ਜੋ ਉਹਨਾਂ ਨੇ ਆਪਣਾ ਦੁੱਖ ਦਰਦ ਆਪ ਜੀ ਦੇ ਸਾਹਮਣੇ ਰੱਖਿਆ ਹੈ, ਜੋ ਸਾਡੇ ਡਾਕਟਰਾਂ ਦੀ ਅਣਗਹਿਲੀ, ਔਰ ਪਰਿਵਾਰ ਨੂੰ ਇੱਕ ਥਾਂ ਰੱਖਣ ਦੀ ਥਾਵਾਂ 2-2, 3-3 ਥਾਵਾਂ 'ਤੇ ਪਰਿਵਾਰ ਅਲੱਗ ਅਲੱਗ ਕਰ ਛੱਡਿਆ, ਇੱਕ ਨੂੰ TV ਹੋਸਪਿਟਲ, ਇੱਕ ਨੂੰ ਬਖਸ਼ੀ ਨਗਰ, ਇੱਕ ਨੂੰ ਗਾਂਧੀ ਨਗਰ, ਜਿੰਦੇ ਵੀ ਇੱਕ ਦੂਜੇ ਨੂੰ ਮਿਲ ਨਹੀਂ ਸਕੇ, ਔਰ ਅੰਤ ਤੱਕ ਮੇਰੇ ਖਿਆਲ ਬਹੁਤ ਦਿਨਾਂ ਤੋਂ ਬਾਅਦ ਇਹਨਾਂ ਨੂੰ ਆਪਣੇ ਬੇਟੇ ਕਮਲਜੀਤ ਦਾ ਪਤਾ ਚੱਲਿਆ ਕਿ ਉਹ ਤਾਂ ਸੰਸਾਰ ਤੋਂ ਚਲੇ ਗਏ ਨੇ, ਲੇਕਿਨ ਤਦ ਤੱਕ ਇਹ ਹਮੇਸ਼ਾ ਪੁੱਛਦੇ ਰਹਿੰਦੇ ਸਨ ਕਿ ਕਮਲਜੀਤ ਦਾ ਕੀ ਹਾਲ ਹੈ, ਸਾਰੇ ਇਹਨਾਂ ਨੂੰ ਕਹਿ ਰਹੇ ਸਨ ਕਿ ਕਮਲਜੀਤ ਠੀਕ ਹੈ, 1-2 ਦਿਨਾਂ ਵਿੱਚ ਆ ਜਾਵੇਗਾ, ਤਾਂ ਮੈਂ ਕਹਾਂਗਾ ਜੋ ਅੱਜ ਮਹਿਸੂਸ ਕਰ ਰਹੇ ਨੇ, ਲੇਕਿਨ ਸਾਡੇ ਪਾਸ ਕੋਈ ਚਾਰਾ ਨਹੀਂ, ਅਸੀਂ
केवल गुरु अगे अरदास बेनती जोधरी करते हाँ कि परिवार इन्हों हौसला बख्शे इन्हों बाकी जीवन से रहमत प्रयात रखे। पर यह जी एक दुख वाली घड़ी है मैं कहांगा ज खास करके साडा गाड़ीगढ़ एरिए कि एक परिवार दियाँ तीन मौतां वो मौतां भी जड़ियाँ होनहार साड़ी बच्ची साड़ी इन्हों की तरुस पत्नी साडे अजीज़ कमलजीत सिंह उन्होंने घाटा कदे भी पूरा नहीं होना और वो दिन हमेशा सानू याद रहेंगे जदों के कोविड की पहली लहर 2020 इस परिवार के तीन जी चले गए ने। तो असी सांझ पाने लई साडे सत्कारियो वीर हरमीत सिंह जी जिन्हां दे योगदान नाल इन्हां कोल पहुँचे हाँ तां कि पहुँच के इन्हां दे दुख भी शरीर हो सकीए और जो असलियत है वो असी आप जी दे रूबरू कर सकीए। उन्हां दी याद विच अज इस परिवार वालों बाहर आई गए राहियां वास्ते छबील का प्रबंध किया सी जो पूरा दिन सुबह तो लैके चल रही सी हुण ही बंद हुई है। तो असी इन्हां नाल बैठ के विचार वटांदरा कर रहे हाँ। तो मैं हुण हरमीत सिंह जी नूं बेनती करांगा। सचमुच सात संगत इस कोविड ने बड़े बड़े परिवार जिहड़े ने उहदे उत्ते बहुत ज़्यादा कहर ढाया है। इहदे विच जो सब तो वड्डी सी भी इहनू समझण दे विच देर जिस ढंग दे नाल परिवार दे विच एक ही परिवार नूं अलग अलग हिस्सों दे विच वंड देना और ये सारे हालात जिहड़े मिल के जिम्मेवार बने और परिवार दे विच जिहड़े ने सब तो वड्डी जाना सारिआं ने है। पर परिवार दे विच किसी परिवारक मैंबर की मौत विच किसी दूजे नूं शामिल ना होना नसीब शायद ये दुनिया के एक विलखण जी घटना बन चुकी है भी एक भी मैंबर एक दूजे की मौत पर शामिल और परिवार के तीन जीव चले गए ने। सो गुरु अगे अरदास सतगुरु इस संसार में इस भयानक बीमारी तो निजाकत दिलाओ नाल ही नाल अगां तो जड़ा है वह भी असी इस बीमारी तो जड़ा है वह बचण के सारे दे सारे जिहड़े ने वह जिहड़े एस ओ पी के तहत जो प्रकाशन मेजर ने वो ले जाण जी। सो ये अज असी आप जी नूं इस परिवार का दुखांत दस रहे सी जी। वाहिगुरू जी।